ਉਹ ਸ਼ੁਕਰ ਅਸੀਂ ਟਾਈਮ ਤੇ ਪਹੁੰਚ ਗਏ ਪਾਜੀ ਫੰਕਸ਼ਨ ਸਟਾਰਟ ਤਾਂ ਨਹੀਂ ਹੋਇਆ ਨਾ ਪਾਜੀ ਮੈਂ ਰਮੇਸ਼ ਮੈਂ ਸੋਨੂ ਪਾਜੀ ਵੱਲੋਂ ਆਇਆ ਹਾਂਜੀ ਹਾਂਜੀ ਰਾਨੀ ਆ ਨਹੀਂ ਸਕੇ ਨੇ ਉਹਨਾਂ ਨੂੰ ਕੁੱਤੇ ਨੇ ਵੱਢ ਲਿਆ ਸੀਗਾ ਵਰਨਾ ਆਣਾ ਤਾਂ ਉਹਨਾਂ ਨੇ ਸੀਗਾ ਪਰ ਮੈਨੂੰ ਭੇਜਤਾ ਉਹਨਾਂ ਨੇ ਪਾਜੀ ਤੁਸੀਂ ਮੇਰਾ ਨਾ ਇਹ ਕਾਰਡ ਰੱਖ ਲਓ ਤੁਸੀਂ ਮੈਨੂੰ ਡਾਇਰੈਕਟ ਕਾਲ ਕਰ ਦਿਆ ਕਰੋ ਪੰਜ ਤੋਂ ਮੈਨੂੰ ਭਾਵੇਂ ਕੱਟ ਦੇ ਦਿਆ ਕਰੋ ਪਰ ਮੈਂ ਕੰਮ ਵਧੀਆ ਕਰੂੰਗਾ ਤੁਸੀਂ ਅੱਜ ਮੇਰਾ ਕੰਮ ਦੇਖ ਹੀ ਲਈਓ ਨਾ ਪਾਜੀ ਤੁਹਾਡੇ ਕੋਲ ਤੁਹਾਡੇ ਕੈਮਰੇ ਦਾ ਚਾਰਜਰ ਹੈਗਾ ਮੈਨੂੰ ਦੇ ਦਿਓ ਮੈਂ ਬੈਟਰੀ ਚਾਰਜ ਲਗਾਉਣੀ ਭੁੱਲ ਗਿਆ ਰਾਤੀ ਅਸੀਂ ਕਿਤੇ ਹੋਰ ਫੰਕਸ਼ਨ ਸੀਗੇ ਨਾ ਤੁਸੀਂ ਰਾਤੀ ਭੁੱਲ ਗਏ ਚਾਰਜ ਲਗਾਉਣੀ ਇੱਕ ਤਾਂ ਬੇਸ਼ਰਮ ਨੂੰ ਦੇਖੋ ਆ ਕੇ ਲੰਮਾ ਪੈ ਗਿਆ ਸਿੱਧਾ ਚਾਰਜ ਲਗਾਉਣੀ ਭੁੱਲ ਗਿਆ ਉਹ ਪਾਜੀ ਬਰਾਤ ਆ ਗਈ ਬਰਾਤ ਆ ਗਈ ਬਰਾਤ ਆ ਗਈ ਉਹ ਦੀਦੀ ਹੋਲੀ ਨਾ ਚਲੋ ਬਾਅਦ ਚ ਕਹੋਗੇ ਫੋਟੋ ਤਾਂ ਚੱਜ ਦੀਆਂ ਖਿੱਚੇ ਨਹੀਂ ਤੁਸੀਂ ਪੈਸੇ ਕੱਟਣ ਨੂੰ ਛੇਤੀ ਆ ਜਾਵਾਂਗੇ ਪਾਜੀ ਲਾਈਟਿੰਗ ਦਾ ਦੇਖੋ ਕਿਵੇਂ ਕੀਤੀ ਹੋਈ ਹੈ ਜਿਵੇਂ ਇਹਨਾਂ ਦੀ ਭੂਆ ਦਾ ਵਿਆਹ ਹੁੰਦਾ ਅੱਛਾ ਕੁੜੀ ਦਾ ਵਿਆਹ ਹੈ ਫੇਰ ਠੀਕ ਹੈ ਦੋ ਨੰਬਰ ਦਾ ਕੰਮ ਤਾਂ ਨਹੀਂ ਇਹਨਾਂ ਦਾ ਕਿਤੇ ਇੰਨਾ ਖਰਚਾ ਕੀਤਾ ਇਹਨਾਂ ਨੇ ਅੱਛਾ ਦਹੇਜ ਵੀ ਦਿੱਤਾ ਹੈ ਹਾਂ ਮੇਰੀ ਵਾਲੀ ਤਾਂ ਸਿਰਫ ਪਾਜੀ ਸਾਈਕਲ ਲੈ ਕੇ ਆ ਗਈ ਸੀ ਘਰੇ ਉਹ ਭਰਾਵਾ ਤੈਨੂੰ ਮੈਂ ਕਹਿ ਰਿਹਾ ਛੇਤੀ ਦੇ ਦੇ ਮੈਨੂੰ ਮੇਰਾ ਸ਼ੋਟ ਰਹਿ ਜਾਣਾ ਉਹ ਬਾਅਦ 'ਚ ਇਹਨਾਂ ਨੇ ਮੇਰੇ ਹੀ ਪੈਸੇ ਕੱਟ ਲੈਣੇ ਆ ਉਹ ਇਹਨਾਂ ਨੂੰ ਬਾਅਦ 'ਚ ਦੇ ਦੀ ਮੈਨੂੰ ਪਹਿਲਾਂ ਦੇ ਦੇ ਯਾਰ ਤੂੰ ਵੀ ਖਾ ਲੈ ਤੂੰ 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 ਵੀ ਖਾ ਲੈ ਆ ਜਾ ਤੂੰ ਵੀ ਆ ਜਾ ਤੂੰ ਤੂੰ ਅੱਗੇ ਆ ਜਾ ਸਾਰੇ ਪਾਗਲ ਤੇਰੇ ਖਾਣ ਹੀ ਨਹੀਂ ਦਿੰਦੇ ਫੋਟੋਗ੍ਰਾਫਰ ਨੂੰ ਭਰਾਵਾ ਮੈਂ ਤੈਨੂੰ ਦੋ ਵਾਰ ਕਹਿ ਚੁੱਕਾ ਮੈਂ ਫੋਟੋਗ੍ਰਾਫਰ ਹੈਗਾ ਮੇਰੇ ਤਾਂ ਸ਼ੋਟ ਰਹਿ ਜਾਣਾ ਮੈਨੂੰ ਛੇਤੀ ਦੇ ਦੇ ਯਾਰ ਤੂੰ ਖਾਣ ਨੂੰ ਉਤ ਮਾੜਾ ਸੈਡ ਹੋਈ ਹਾਂਜੀ ਤੁਸੀਂ ਆ ਜਾਓ ਪਹਿਲਾਂ ਤੁਸੀਂ ਆ ਜਾਓ ਤੁਸੀਂ ਕੰਮ ਵੀ ਕਰ ਲਈ ਨਾਲ ਹੀ ਸ਼ਗਨ ਦੇ ਲਿਫਾਫੇ 'ਚ 50 ਰੁਪਏ ਪਾਣੀ ਨਹੀਂ ਹੈ ਕਿ ਪਹਿਲਾਂ ਖਾਣਾ ਇਹਨਾਂ ਨੇ ਭਾਜੀ ਇਹਨਾਂ ਨੇ ਗਹਿਣੇ ਅਸਲੀ ਪਾਏ ਕਿ ਨਕਲੀ ਪਾਏ ਲਸ਼ਕ ਦੇ ਤਾਂ ਡੇਡੇ ਪਏ ਨੇ ਪੱਕਾ ਦਹੇਜ ਵਿੱਚ ਹੀ ਮਿਲੇ ਹੋਣੇ ਇਹਨਾਂ ਨੂੰ ਹਨਾ ਭਾਜੀ ਮੈਂ ਕੀ ਕਹਿ ਰਿਹਾ ਮੁੰਡਾ ਕੁੜੀ ਹਲੇ ਵਿਹਲੇ ਹੈਗੇ ਰੋਟੀ ਖਾ ਕੇ ਫ੍ਰੀ ਹੋਏ ਆਪਾਂ ਇਹਨਾਂ ਦੇ ਪੋਰਟਰੇਟ ਕਰ ਲਈਏ ਬਾਅਦ 'ਚ ਕਹਿਣਾ ਕਿ ਸਾਡੇ ਪੋਰਟਰੇਟ ਕਿਤਨੀ ਇਹਨਾਂ ਨੇ ਪੈਸੇ ਕੱਟ ਲੈਣੇ ਇਹਨਾਂ ਨੇ ਭਾਜੀ ਮੈਂ ਤੁਹਾਡੇ ਨਾਲ ਫੇਰੇ ਕਰਾ ਦਿੰਦਾ ਡੋਲੀ ਤੁਸੀਂ ਆਪੇ ਕਰ ਲਿਓ ਠੀਕ ਹੈ ਮੈਂ ਕਿਤੇ ਪਹੁੰਚਣਾ ਵੀ ਮੇਰਾ ਉੱਥੇ ਵੀ ਫੰਕਸ਼ਨ ਹੈਗਾ ਪਲੀਜ਼ ਮੰਨ ਲਓ ਮੈਂ ਸੋਨੂੰ ਭਾਜੀ ਨਾਲ ਗੱਲ ਕਰ ਲੂੰਗਾ ਉਹ ਛੇਤੀ ਡੋਲੀ ਲੈ ਕੇ ਨਿਕਲੋ ਯਾਰ ਮੈਨੂੰ ਪਿਸ਼ਾਬ ਲੱਗਾ ਇੱਕ ਤਾਂ ਬਹਿੰਦੇ ਵੀ ਨਹੀਂ ਇੱਕ ਤਾਂ ਟਾਈਮ ਤੇ ਬਾਂਦਰ ਜੀ ਚਲੋ ਜੀ ਭਾਜੀ ਮੈਂ ਨਿਕਲਦਾ ਠੀਕ ਹੈ ਓਕੇ ਮੈਂ ਡੋਲੀ ਕਰਾ ਦੀ ਬਾਅਦ ਨਾ ਕਹੀਓ ਪੈਸੇ ਕੱਟਣੇ ਤੇਰੇ ਤੋਂ ਵਿੱਚੋਂ ਨਿਕਲ ਗਿਆ ਸੀਗਾ ਵੱਡੇ ਆਏ